लैनी भी है मेरा वीर नाभा चन्नी नंबर 1 कंबाइन बहुत वधिया जी। अच्छा
और मैं बहुत टाइम था वेट करी देखो जी। चल आज बहने आपसे एक तू मेरे नाल बाधा कर यार, मेरे नाल कंबाइन से रहा कर, तू तेरे बढ़िया चलाऊंगा मेरे नाल रहा कर। भाई मैं कह के चल दी वीडियो लो बच्चा जी। तुहानू साडी अज दी वीडियो किदां दी लगी, लाइक कमेंट शेयर जरूर करियो। तो तुहानू पता ही है जीरी का सीजन चल रहा, तो अज असीं जीरी वढ रहे सी अपनी, तां करके वीडियो बनाई सी। तो होर भी जो जो मेरे वीर अज जीरी वढ रहे आ सारे सानू कमेंट करके जरूर दस्सियो, तो कित्थों कित्थों वढ रहे ने वह भी जरूर दस्सियो, अपने शहर ते पिंड दा नाम जरूर दस्सियो कमेंट करके जी। सत श्री अकाल जी, ਜਿਹੜੇ ਸਾਨੂੰ ਕਮੈਂਟ ਕਰਦੇ ਉਹਨਾਂ ਦੇ ਨਾਮ ਜਸਵੀਰ ਚਿੰਦੀ, ਦੀਪ ਅਟਵਾਲ, ਸੋਫੀਆ ਬੇਗਮ, ਗੁਰਤੇਜ ਮੁਕਤਸਰ ਤੋਂ, ਰਵਨੀਤ, ਨਵਨੀਤ ਸੋਹੀ, ਸੁਮਨ ਰਹਿਲ, ਸੁਮਨ ਨੂਰ ਗੈਰੀ ਰੋਪੜ, ਸਰਬਜੀਤ ਰਾਏ, ਰਜਿੰਦਰ ਕੁਮਾਰ, ਨਵਜੋਤ ਕੌਰ, ਪ੍ਰੀਤ ਵਿਰਦੀ, ਸੰਦੀਪ ਸਿੰਘ ਡੰਡੀਵਾਲ, ਅਲੀਸ਼ਾ ਖਾਨ, ਅੰਬਰ ਸ਼ਰਮਾ, ਜਸਵੀਰ ਨਾਗਰੀ, ਲਵਪ੍ਰੀਤ ਸਿੰਘ, ਨਰੇਸ਼ ਬੰਮਲ, ਸਿਰਸਾ ਸੋ। ਧੰਨਵਾਦ ਜੀ ਜਿਹੜੇ ਸਾਨੂੰ ਕਮੈਂਟ ਕਰਦੇ, ਉਹਨਾਂ ਦਾ ਬਹੁਤ ਵੈਰੀ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਨ੍ਹਾਂ ਦੇ ਨਾਮ ਇਸ ਵੀਡੀਓ ਦੇ ਵਿੱਚ ਨਹੀਂ ਲਏ ਗਏ ਉਹਨਾਂ ਦੇ ਨੈਕਸਟ ਵੀਡੀਓ ਦੇ ਵਿੱਚ ਲਏ ਜਾਣਗੇ, ਉਹਨਾਂ ਤੋਂ ਮਾਫ਼ੀ ਮੰਗਦੇ ਹਾਂਗੇ। ਥੈਂਕ ਯੂ। ਲੈ ਇੱਧਰ ਲੋਟ ਹੋ ਕੇ ਬੈਠੋ ਭਾਈ, ਉੱਥੇ ਜੋ ਹੋ ਜਾ ਭਾਈ, ਤੁਪਰੀ ਆ ਉੱਧਰ ਵਗ ਜਾ ਜਾ ਪ੍ਰੀਤ, ਇੱਧਰ ਲੱਤਾਂ ਲੋਟ ਕਰ। ਹਾਂਜੀ ਠੀਕ ਹੋ ਗਈ, ਬੈਠ ਜੀ ਤੁਸੀਂ। ਹਾਂ ਬੈਠ ਜੀ ਪ੍ਰੀਤ। ਉੱਧਰ ਜਾ ਕਰਕੇ ਪਾ ਲੈ ਪਾਲੀ ਚਾਹ। चाली कुड़े तू पी लें दी। नहीं यार, कुछ खाने तो ले आंदे। ਭੁੱਖ ਪਤਾ ਕਿੰਨੀ ਲੱਗੀ ਪਈ ਸਵੇਰ ਦੀ, ਰੋਟੀ ਕਾਜੋ ਖੁੱਟਾ ਕੋਈ ਨਾ ਕਰੇ ਬਾਗ। ਚੱਲ ਹੁਣ ਖਾਈ ਲਈ ਰੋਟੀ ਬਣੀ ਪਈ ਆ, ਮੈਂ ਤਾਂ ਲਿਆਉਂ ਤੇ ਲਿਆਈ ਸੀ ਤਾਂ ਰੋਟੀ ਕਰੇ ਜਾ ਕੇ ਨਾ ਤੋ ਕੇ ਖਾ ਲਈ ਨਾ ਤੋ ਕੇ ਹੋਰ ਚਾਹ ਬੜੀ ਵਧੀਆ ਬਣਾਈ ਹੈ ਤੁਸੀਂ। ਤੂੰ ਤਾਂ ਕਹਿੰਦਾ ਸੀ ਪ੍ਰੀਆ ਦੇ ਹੱਥ ਦੀ ਚਾਹ ਪੀਣੀ ਹੈ। ਪ੍ਰੀਆ ਨੇ ਉਹਦੇ ਪਤਾ ਕਿੰਨੀ ਟੇਸਟੀ ਚਾਹ ਬਣਾਈ ਸੀ। ਚਲੋ ਚਾਹ ਪੀ, ਪਰ ਮੈਂ ਕਹਿਣਾ ਸੀ ਨੂੰ ਮੈਂ ਤਾਂ ਹੱਸ ਰਿਹਾ ਹਾਂ, ਮੈਂ ਤਾਂ ਹੱਸ ਰਿਹਾ ਹਾਂ, ਮੈਂ ਤਾਂ ਹੱਸ ਰਿਹਾ ਹਾਂ। ਤੁਸੀਂ ਇੱਕ ਮਿੰਟ ਦੱਸਣਾ ਨੀਨੂ ਪਾਪ ਦੀ ਕੀ ਕਹਿੰਦਾ ਆਪਦੇ ਕੋਲ ਗੱਲ ਬਣਾ। ਨਾ ਨਾ
ਪਤਾ ਬੇਬੇ ਕਿੰਨੀ ਟੇਸਟੀ ਚਾਹ ਬਣਾਉਂਦੀ ਆ ਪ੍ਰਿਆ? ਹਾਂ ਉਹ ਮੈਂ ਤਾਂ ਮਾੜੀ ਬਣਾਉਣੀ ਆ, ਇਹ ਟੇਸਟੀ ਤੂੰ ਵੀ ਠੀਕ ਬਣਾਉਣੀ ਆ ਪਰ ਇਹ ਜ਼ਿਆਦਾ ਟੇਸਟੀ ਬਣਾਉਂਦੀ। ਦੇਖ ਲੋ ਕਿਵੇਂ ਬੋਲ ਰਹੀ ਹੈ। ਰੋਟੀ ਸਬਜ਼ੀ ਵੀ ਕਹਿ ਦਿਆ ਕਰੋ ਬਣਾ ਲਿਆ ਕਰ। ਜਿਵੇਂ ਤੂੰ ਬੋਲਦੀ ਆ ਭਾਈ ਮੇਰੇ ਮੂਹਰੇ ਤਾਂ ਕਦੇ ਊਈ ਨੀ ਬੋਲੀ ਹੈਗੀ। ਕੱਪੜੇ ਤਾਂ ਢੰਗ ਨਾਲ ਪਵਾਲਿਆ ਕਰ ਬੇਬੇ, ਜੇ ਇੰਨੀ ਕੱਪੜੇ ਜਿਵੇਂ ਹੁਣ ਜਿਹੇ ਜਾਂ ਚਰਹਿ ਕੇ ਹੁੰਦੀ ਆ ਸੋਚ ਵਧੀਆ ਹੋਣੀ ਚਾਹੀਦੀ ਆ। ਮੈਂ ਪਿੰਡਾਂ ਦੀਆਂ ਬੁੜੀਆਂ ਵਾਂਗੂ ਲੱਗ ਜਾ ਹੁਣ ਇਹਨਾਂ ਦੇ ਮਾਂਗਰ ਲੱਗ ਕੇ ਵਿਹੜੇ ਵਾਲੀਆਂ ਦੇ, ਮੈਂ ਤਾਂ ਘਰੇ ਕਲੇਸ਼ ਹੀ ਪਾਲਾਂ। ਫਿਰ ਹੁਣ ਜਿਹੋ ਜਿਹਾ ਚ ਭਈ ਰਹਿੰਦੀ ਆ ਉਹੋ ਜਿਹੀ ਪਾ ਲੈਂਦੀ ਆ। ਪਤਾ ਕਿੰਨੀ ਚੰਗੀ ਆ, ਆਹੋ ਇਕੱਲੇ ਕੱਪੜਿਆਂ ਨਾਲ ਨਹੀਂ ਹੁੰਦਾ, ਬੰਦਾ ਮਾਣ ਸਾਫ ਹੋਣਾ ਚਾਹੀਦਾ। ਮਾਣ ਸਾਫ ਦਾ ਲੋਕ ਕੀ ਕਹਿੰਦੇ ਆ, ਪਿੰਡਾਂ ਚ ਗੱਲ ਕੀ ਬਣਦੀ ਆ ਇਹ ਤਾਂ ਦੇਖ ਲਓ। ਨਹੀਂ ਜਿਹੋ ਜਿਹਾ ਦੇਸ਼ ਆ ਉਹੋ ਜਿਹਾ ਪੇਸ਼ ਕਰਨਾ ਪੈ ਜਾਂਦਾ ਭਾਈ। ਫਿਰ ਬੇਬੇ ਪਿੰਡਾਂ ਤਾਂ ਹੁੰਗਾ ਨਾ ਸਵਾਹ, ਹੌਲੀ ਹੌਲੀ ਪਾਉਣ ਲੱਗ ਜੂ ਲਿਆਈ ਇਹ ਸੂਟ ਹੋਰ ਸਮਿਆ ਤੇ ਮੈਂ ਇਹਨੂੰ ਚੱਲੀਏ ਮੈਨੂੰ